ਕਿਉਂਕਿ ਆਪਾਂ ਹੈਗੇ ਹਾਂ ਗੀਤਾਂ ਦੀ ਮਸ਼ੀਨ, ਆਪਾਂ ਡੋਂਟ ਲੁੱਕ 3, 4, 5 ਬਣਾ ਦੇਵਾਂਗੇ, ਟੈਨਸ਼ਨ ਕਾਹਦੇ ਲੈਣੀ। ਕਰਨ ਔਜਲਾ ਦੇ ਫੈਨਸ ਲਈ ਵੱਡੀ ਅਪਡੇਟ ਆਈ ਸਾਹਮਣੇ। ਕਰਨ ਔਜਲਾ ਨੇ ਹਾਲ ਹੀ ਦੇ ਵਿੱਚ ਆਪਣੇ ਫੈਨਸ ਦੇ ਨਾਲ ਗੱਲਾਂ ਕਰਦੇ ਹੋਏ ਦੱਸਿਆ ਕਿ ਡੋਂਟ ਲੁੱਕ 2 ਉਹ ਜਲਦੀ ਹੀ ਲੈ ਕੇ ਆਉਣਗੇ, ਤੇ ਉਹਨਾਂ ਇਹ ਵੀ ਦੱਸਿਆ ਕਿ ਇੱਕ ਚੀਜ਼ ਕਿਸੇ ਨੇ ਲੀਕ ਕਰ ਦਿੱਤੀ ਸੀ, ਉਹਨਾਂ ਨੂੰ ਲੱਗਦਾ ਵੀ ਨਹੀਂ ਸੀ ਡੋਂਟ ਲੁੱਕ 2 ਹੈ ਕਿਉਂਕਿ ਉਹ ਇੰਨਾ ਜ਼ਿਆਦਾ ਸੈਟਿਸਫਾਈਡ ਨਹੀਂ ਸਨ ਇਸ ਗੀਤ ਤੋਂ। ਲੇਕਿਨ ਉਹਨਾਂ ਕਿਹਾ ਕਿ ਉਹ ਗੀਤਾਂ ਦੀ ਮਸ਼ੀਨ ਨੇ ਤੇ ਉਹ ਤਾਂ ਡੋਂਟ ਲੁੱਕ 3, ਡੋਂਟ ਲੁੱਕ 5 ਤੱਕ ਵੀ ਬਣਾ ਸਕਦੇ ਨੇ। ਸੋ ਹੁਣ ਵੇਖਦੇ ਹਾਂ ਕਿ ਕਰਨ ਔਜਲਾ ਡੋਂਟ ਲੁੱਕ 2 ਕਦੋਂ ਲੈ ਕੇ ਆਉਂਦੇ ਨੇ। ਇਸ ਗੀਤ ਨੂੰ ਲੋਕਾਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਤੇ ਇਸ ਗੀਤ ਨੇ ਕਰਨ ਔਜਲਾ ਨੂੰ ਇੱਕ ਵੱਖਰਾ ਮੋੜ ਵੀ ਦਿੱਤਾ ਸੀ ਕੈਰੀਅਰ ਦੇ ਵਿੱਚ। ਲੋਕਾਂ ਨੇ ਇਸ ਗੀਤ ਨੂੰ ਬਹੁਤ ਹੀ ਜ਼ਿਆਦਾ ਪਸੰਦ ਵੀ ਕੀਤਾ ਸੀ ਤੇ ਅੱਜ ਵੀ ਡੋਂਟ ਲੁੱਕ 2 ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ। ਤੇ ਦੱਸ ਦਈਏ ਕਿ ਹੁਣ ਹਾਲ ਹੀ ਦੇ ਵਿੱਚ ਇਸ ਲਾਈਵ ਸਟ੍ਰੀਮ ਦੇ ਵਿੱਚ ਕਰਨ ਔਜਲਾ ਨੇ ਜਾਣਕਾਰੀ ਦਿੱਤੀ ਹੈ ਡੋਂਟ ਲੁੱਕ 2 ਦੇ ਬਾਰੇ ਤੇ ਜਲਦੀ ਹੀ ਉਹ ਡੋਂਟ ਲੁੱਕ 2 ਲੈ ਕੇ ਆ ਸਕਦੇ ਨੇ। ਉੱਥੇ ਹੀ ਇਸੇ ਹੀ ਲਾਈਵ ਦੇ ਵਿੱਚ ਉਹਨਾਂ ਦੇ ਇੱਕ ਫੈਨ ਨੇ ਉਹਨਾਂ ਨੂੰ ਆਖਿਆ ਕਿ ਉਹ ਅਰਜਨ ਢਿੱਲੋਂ ਦੇ ਨਾਲ ਕੋਲਾਬਰੇਸ਼ਨ ਕਰ ਲੈਣ ਤੇ ਕਰਨ ਔਜਲਾ ਨੇ ਕਿਹਾ ਕਿ ਨਹੀਂ ਉਹ ਕੋਲਾਬਰੇਸ਼ਨ ਨਹੀਂ ਕਰਨਗੇ ਅਰਜਨ ਢਿੱਲੋਂ ਦੇ ਨਾਲ। ਪਹਿਲੇ ਵੀ ਇੱਕ ਲਾਈਵ ਦੌਰਾਨ ਅਰਜਨ ਢਿੱਲੋਂ ਦੇ ਬਾਰੇ ਅਜਿਹਾ ਕਿਹਾ ਗਿਆ ਸੀ ਕਰਨ ਔਜਲਾ ਨੂੰ ਕਿ ਤੁਸੀਂ ਉਹਨਾਂ ਨਾਲ ਕੋਲਾਬਰੇਸ਼ਨ ਕਰ ਲਓ। ਉਦੋਂ ਵੀ ਕਰਨ ਔਜਲਾ ਨੇ ਇਹੀ ਕਿਹਾ ਕਿ ਉਹ ਹਾਲੇ ਅਰਜਨ ਢਿੱਲੋਂ ਦੇ ਨਾਲ ਕੋਲਾਬਰੇਸ਼ਨ ਨਹੀਂ ਕਰ ਰਹੇ ਨੇ। ਸੋ ਹੁਣ ਹਾਲ ਹੀ ਦੇ ਵਿੱਚ ਜਦੋਂ ਇਹ ਲਾਈਵ ਸਟ੍ਰੀਮ ਹੋਈ ਹੈ ਉਦੋਂ ਵੀ ਉਹਨਾਂ ਦੇ ਫੈਨਸ ਦੇ ਵੱਲੋਂ ਇਹ ਪੁੱਛਿਆ ਗਿਆ ਕਿ ਉਹ ਅਰਜਨ ਢਿੱਲੋਂ ਨਾਲ ਕੋਲਾਬ ਕਦੋਂ ਕਰ ਰਹੇ ਨੇ ਤੇ ਕਰਨ ਔਜਲਾ ਨੇ ਕਿਹਾ ਕਿ ਨਹੀਂ ਉਹਨਾਂ ਦਾ ਮਨ ਨਹੀਂ ਹੈ। ਵੈਸੇ ਹੀ ਉਹ ਕੁਝ ਆਪਣੀ ਮਰਜ਼ੀ ਨਹੀਂ ਕਰ ਸਕਦੇ ਕਿ ਅਜਿਹਾ ਉਹਨਾਂ ਨੇ ਆਪਣੇ ਫੈਨਸ ਨੂੰ ਕਿਹਾ। ਤੁਸੀਂ ਵੀ ਇਸ ਵੀਡੀਓ ਨੂੰ ਆਪਣੀਆਂ ਸਕਰੀਨਸ ਤੇ ਵੇਖ ਸਕਦੇ ਹੋ ਕਿਉਂਕਿ ਆਪਾਂ ਹੈਗੇ ਹਾਂ ਗੀਤਾਂ ਦੀ ਮਸ਼ੀਨ, ਆਪਾਂ ਡੋਂਟ ਲੁੱਕ 3, 4, 5 ਬਣਾ ਦੇਵਾਂਗੇ, ਟੈਨਸ਼ਨ ਕਾਹਦੇ ਲੈਣੀ। ਜਿਵੇਂ ਕਿ ਅਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਕਿ ਕਰਨ ਔਜਲਾ ਕਹਿ ਰਹੇ ਨੇ ਕਿ ਹਾਲੇ ਉਹਨਾਂ ਦਾ ਮਨ ਨਹੀਂ ਹੈ ਕਿਸੇ ਵੀ ਕੋਲਾਬਰੇਸ਼ਨ ਦਾ, ਅਰਜਨ ਢਿੱਲੋਂ ਦੇ ਨਾਲ ਫਿਲਹਾਲ ਉਹ ਕੋਲਾਬਰੇਟ ਨਹੀਂ ਕਰ ਰਹੇ। ਲੇਕਿਨ ਡੋਂਟ ਲੁੱਕ 2 ਦੇ ਬਾਰੇ ਉਹਨਾਂ ਨੇ ਗੱਲ ਜ਼ਰੂਰ ਕੀਤੀ ਹੈ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਉਹ ਜਲਦੀ ਹੀ ਨਵੇਂ ਗੀਤ ਲਿਖ ਰਹੇ ਨੇ ਤੇ ਹੁਣ ਜਦੋਂ ਦੁਬਈ ਦੇ ਵਿੱਚ ਕੁਝ ਸ਼ੂਟ ਕਰਨ ਲਈ ਗਏ ਹੋਏ ਨੇ ਤੇ ਉਹਨਾਂ ਨੇ 2-3 ਗੀਤ ਲਿਖ ਲਏ ਨੇ ਉੱਥੇ ਰਹਿੰਦੇ ਹੋਏ। ਸੋ ਹੁਣ ਵੇਖਦੇ ਹਾਂ ਕਿ ਕਰਨ ਔਜਲਾ ਇਹਨਾਂ ਗੀਤਾਂ ਬਾਰੇ ਰਿਵੀਲ ਕਦੋਂ ਕਰਦੇ ਨੇ। ਕਰਨ ਔਜਲਾ ਦੀ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਐਲਬਮ ਮੇਕਿੰਗ ਮੈਮਰੀਜ਼ ਦੇ ਵਿੱਚ ਤੁਹਾਡਾ ਫੇਵਰੇਟ ਗੀਤ ਕਿਹੜਾ ਇਹ ਵੀ ਦੱਸ ਸਕਦੇ ਹੋ। ਸੁਣਾ ਦੇ ਆਉਣ ਵਾਲੇ ਗੀਤਾਂ ਲਈ ਕਿੰਨੇ ਐਕਸਾਈਟਿਡ ਹੋ ਇਹ ਵੀ ਦੱਸਣਾ ਬਿਲਕੁਲ ਨਾ ਭੁੱਲਣਾ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹਨਾਂ ਹੀ। ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।